ਜਿੰਨਾ ਵੀਰਾਂ ਤੇ ਪੈਣਾ ਦੇ ਤਰਨ ਦੀ ਸ਼ਿਕਾਇਤ ਆ ਬਾਰ ਬਾਰ ਤਰਨ ਕਢਾਉਣ ਦੇ باوجود ਵੀ ਤਰਨ ਨਹੀਂ ਨਿਕਲਦੀ ਤਰਨ ਪੈ ਜਾਂਦੀ ਆ ਪੇਟ ਨੂੰ ਮਲ ਕੇ ਕਦੀ ਵੀ ਤਰਨ ਨਹੀਂ ਕਢਾਉਣੀ ਚਾਹੀਦੀ ਤੁਹਾਨੂੰ ਸੌਖਾ ਤਰੀਕਾ ਤਰਨ ਕਢਣ ਦਾ ਦੱਸਦੇ ਆ ਤਰਨ ਦਾ ਜਿਹੜਾ ਸਰੀਰ ਨੂੰ ਨੁਕਸਾਨ ਖਾਦਾ ਪੀਤਾ ਜਿਹੜਾ ਚੰਗੀ ਤਰ੍ਹਾਂ ਪਛਦਾ ਨਹੀਂ ਆ ਪੇਟ 'ਚ ਦਰਦ ਬਣੀ ਰਹਿੰਦੀ ਆ ਕਾਫੀ ਜੜੀਆਂ ਮੁਸ਼ਕਲਾਂ ਤਰਨ ਦੇ ਨਾਲ ਜੜੀਆਂ ਵਾਂ ਉਹ ਸਰੀਰ ਨੂੰ ਪੈਣੀਆਂ ਸ਼ੁਰੂ ਹੋ ਜਾਂਦੀਆਂ ਵਾਂ ਆਓ ਤੁਹਾਨੂੰ ਤਰਨ ਕੱਢਣ ਦਾ ਦੇ ਵੇਖਣ ਦਾ ਸੌਖਾ ਤਰੀਕਾ ਦੱਸਦੇ ਆ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਲੈਣੇ ਆ ਤੇ ਜਿਹੜੀਆਂ ਹੱਥ ਉੱਪਰ ਦੌਰ ਖਾਵਾਂ ਦਿਖ ਰਹੀਆਂ ਲੰਮੀਆਂ ਇਹਨਾਂ ਦੋਵਾਂ ਰਖਾਵਾਂ ਤੇ ਪਹਿਨਣਾ ਟਿਕ ਮਾਰਕ ਕਰ ਲੈਣਾ ਵਾ ਚੀਚੀਆਂ ਵਾਲੀਆਂ ਦੋਵਾਂ ਰਖਾਵਾਂ ਦੇ ਉੱਪਰ ਟਿਕ ਮਾਰਕ ਕਰ ਲੈਣਾ ਵਾ ਜਿਹੜੀ ਹੱਥ ਵਾਲੀ ਰੇਖਾ ਵਾ ਉਹ ਦੋਵੇਂ ਆਮੋ ਸਾਹਮਣੇ ਹੋਣੀਆਂ ਚਾਹੀਦੀਆਂ ਵਾ ਤੇ ਹੱਥ ਨੂੰ ਬਿਲਕੁਲ ਮੋੜ ਕੇ ਵੇਖਣਾ ਵਾ ਜੇ ਚੀਚੀ ਵਾਲੀਆਂ ਰੇਖਾਵਾਂ ਜੜੀਆਂ ਵਾਂ ਅੱਗੇ ਪਿੱਛੇ ਹੋਣ ਤੇ ਫਿਰ ਇਹਦਾ ਮਤਲਬ ਤਰਨ ਪਈ ਆ ਜੇ ਬਿਲਕੁਲ ਬਰਾਬਰ ਹੋਣ ਫਿਰ ਤਰਨ ਨਹੀਂ ਪਈ ਇਹ ਤਰਨ ਵੇਖਣ ਦਾ ਤਰੀਕਾ ਵਾ ਤੇ ਆਓ ਤੁਹਾਨੂੰ ਅੱਗੇ ਹੁਣ ਤਰਨ ਕੱਢਣ ਦਾ ਤਰੀਕਾ ਦੱਸਦੇ ਆ ਕਿ ਕੱਢਣੀ ਕਿਵੇਂ ਮਰੀਜ਼ ਨੂੰ ਬੈੱਡ ਉੱਪਰ ਪੁੱਠੇ ਲੰਮੇ ਪਾ ਕੇ ਲੱਤਾਂ ਦੀਆਂ ਖੁੱਚਾਂ ਦੇ ਵਿੱਚ 2 ਇੰਚ ਦਾ ਡੰਡਾ ਰੱਖ ਕੇ ਲੱਤਾਂ ਤੋਂ ਫੜ ਕੇ 5 ਬਾਰ ਪ੍ਰੈਸ ਕਰਨਾ ਵਾ ਤੇ ਫਿਰ ਹੱਥ ਜੋੜ ਕੇ ਦੇਖਿਓ ਤਰਨ ਜਿਹੜੀ ਆ ਬਿਲਕੁਲ ਨਿਕਲ ਚੁੱਕੀ ਹੋਏਗੀ